ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੂੰ ਸੰਤ ਤਾਲੀਬਾਲ। ਅੱਜ ਆਪਣੀ ਵੀਡੀਓ ਆ ਮੇਰੇ ਫਰੈਂਡਸ 'ਤੇ। ਕੁਛ ਕੁ ਮੇਰੇ ਉਹ ਫਰੈਂਡਸ ਜਿਹੜੇ ਮੇਰੇ ਨਾਲ ਰਹਿੰਦੇ ਸੀ, ਅਤੇ ਕੁਛ ਕੁ ਉਹ ਜਿਹੜੇ ਮੇਰੇ ਨਾਲ ਕੰਮ ਕਰਦੇ ਸੀ। ਜਿਹੜੀ ਤੁਸੀਂ ਹੁਣੇ ਫੋਟੋ ਦੇਖ ਕੇ ਹਟੇ ਹੋ, ਇਹ ਸੀ ਕੈਰਨ। ਇਹ ਕੈਰਨ ਸੀ ਫਿਲੀਪੀਨਸ, ਅਤੇ ਇਹਦਾ ਨੇਚਰ ਬਹੁਤ ਹੀ ਜ਼ਿਆਦਾ ਵਧੀਆ ਸੀ। ਇਕੱਲਾ ਮਾਈ ਨਹੀਂ, ਸਾਰਾ ਸਟਾਫ ਹੀ ਕਹਿੰਦਾ ਸੀ ਇਹ ਬਹੁਤ ਜ਼ਿਆਦਾ ਚੰਗੀ ਆ। ਅਤੇ ਇਹ ਸੀਗੀ MOD, ਮੈਨੇਜਰ ਔਨ ਡਿਊਟੀ। ਅਤੇ ਹਰ ਇੱਕ ਹੀ ਚਾਹੁੰਦਾ ਸੀ ਵੀ ਇਹ ਮੇਰੀ ਸ਼ਿਫਟ ਵੇਲੇ ਇਹ MOD ਹੋਵੇ, ਕਿਉਂਕਿ ਮੈਂ ਇਹਦੇ ਕਦੇ ਵੀ ਫੇਸ 'ਤੇ ਕਦੇ ਵੀ ਗੁੱਸਾ ਨਹੀਂ ਦੇਖਿਆ। ਇਹ ਹਮੇਸ਼ਾ ਹੱਸਦੀ ਰਹਿੰਦੀ ਸੀ ਅਤੇ ਵਧੀਆ ਸਾਥ ਦਿੰਦੀ ਸੀ। ਮੈਨੂੰ ਇਹਨੇ ਬਹੁਤ ਕੁਛ ਦੱਸਿਆ, ਜਿੱਦਾਂ ਵੀ ਕਿੱਦਾਂ ਆਪਾਂ ਕੰਮ ਦੇ ਵਿੱਚ ਅੱਗੇ ਵਧਣਾ, ਕਿੱਦਾਂ ਆਪਾਂ ਕੰਮ ਕਰਨਾ। ਅਤੇ ਮੈਨੂੰ ਇਹਨੇ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਮੇਰਾ, ਅਤੇ ਮੈਂ ਉਹਨੂੰ ਕਹੂੰਗਾ ਥੈਂਕ ਯੂ। ਅਤੇ ਵਧੀਆ ਖੁਸ਼ ਰਹੇ, ਇੱਦੀ ਹੱਸਦੀ ਰਹੇ ਅਤੇ ਹੈਲਪ ਕਰਦੀ ਰਹੇ। ਜਿਸਦੀ ਫੋਟੋ ਤੁਸੀਂ ਹੁਣੇ ਦੇਖੀ, ਇਹ ਸੀ ਮੈਰੀ। ਮੈਰੀ ਮਤਲਬ ਇਹਦਾ ਨਾਂ ਮੈਰੀ ਸੀ, ਉਹ ਨਹੀਂ ਮੈਰੀ, ਅਤੇ ਮੈਰੀ। ਅਤੇ ਇਹ ਵੀ MOD ਸੀ, ਅਤੇ ਇਹ ਵੀ ਦਿਲ ਦੀ ਬਹੁਤ ਵਧੀਆ ਸੀਗੀ। ਅਤੇ ਫਸਟਲੀ ਤਾਂ ਮੈਂ ਇਹਦੇ ਨਾਲ, ਜਿੱਦਾਂ ਪਹਿਲਾਂ ਤਾਂ ਮੈਂ ਇਹਦੇ ਨਾਲ ਬੋਲਦਾ ਹੀ ਨਹੀਂ ਸੀ, ਹੌਲੀ ਹੌਲੀ ਮੈਂ ਇਹਦੇ ਨਾਲ ਵਧੀਆ ਬੋਲੀ ਗਿਆ। ਅਤੇ ਬਾਕੀ ਅਸੀਂ ਉੱਥੇ ਮੇ ਬੀ 5-6 ਇੰਡੀਅਨ ਸੀਗੇ, ਅਤੇ ਮੈਂ ਪਹਿਲਾਂ ਇੰਡੀਅਨ ਸੀ ਜਿਹਦੇ ਨਾਲ ਇਹ ਬਾਹਰ ਗਈ ਸੀਗੀ। ਅਤੇ ਮੈਂ ਇਹਨਾਂ ਦੇ ਇੱਕ ਫਿਲੀਪੀਨਸ, ਜਿੱਦਾਂ ਆਪਣੀ ਮੈਕਡੀ ਆ ਉਸ ਤਰ੍ਹਾਂ ਜੋਲੀਬੀਨ ਹੁੰਦਾ, ਮੈਂ ਉੱਥੇ ਬਸ ਇਹਦੇ ਨਾਲ ਗਿਆ ਬਾਹਰ ਅਤੇ ਖਾਧਾ ਪੀਤਾ। ਅਤੇ ਵਧੀਆ ਸੀਗੀ, ਬਹੁਤ ਹੀ ਜ਼ਿਆਦਾ ਵਧੀਆ ਸੀ, ਹਸਮੁੱਖ ਸੀਗੀ। ਅਤੇ ਬਾਕੀ ਥੋੜ੍ਹੀ ਜਿਹੀ ਬੜੀ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਦਿੰਦੀ ਸੀਗੀ ਇਹ, ਅਤੇ ਮੈਨੂੰ ਇਹ ਬਹੁਤ ਵਧੀਆ ਲੱਗੀ ਅਤੇ ਮੈਂ ਹਮੇਸ਼ਾ ਯਾਦ ਹੀ ਰੱਖੂੰਗਾ ਇਹਨੂੰ ਖਾਸ ਕਰਕੇ। ਇਹ ਸੀ ਜੈਪ, ਅਤੇ ਇਹ ਸੀਗਾ ਇੰਡੀਅਨ, ਅਤੇ ਬਟ ਇੰਡੀਅਨ ਲੱਗਦਾ ਨਹੀਂ ਕਿਉਂਕਿ ਗੋਰਾ ਬਹੁਤ ਹੈ ਇਹ, ਆਲਮੋਸਟ ਸਾਰੇ ਇਹਨੂੰ ਗੋਰੇ ਹੀ ਕਹਿੰਦੇ ਸੀਗੇ। ਅਤੇ ਬਾਕੀ ਇਹ ਬਹੁਤ ਹੀ ਜ਼ਿਆਦਾ ਵਧੀਆ ਸੀ, ਅਤੇ ਮੈਨੂੰ ਇਹ ਨਹੀਂ ਦੱਸ, ਇਹ ਸੀਗਾ ਬਾਰ 'ਤੇ ਕੰਮ ਕਰਦਾ ਸੀ, ਅਤੇ ਮੈਨੂੰ ਇਹਨੇ ਬਾਰ ਦੇ ਬਾਰੇ ਥੋੜ੍ਹੀ ਬਹੁਤ ਨੌਲੇਜ ਦਿੱਤੀ। ਅਤੇ ਬਾਕੀ ਇਹ ਜੂਸ ਕਾਊਂਟਰ 'ਤੇ ਵੀ ਹੁੰਦਾ ਸੀ, ਜੂਸ ਕਾਊਂਟਰ 'ਤੇ ਵੀ ਇਹਨੇ ਮੈਨੂੰ ਬਹੁਤ ਕੁਛ ਸਿਖਾਇਆ, ਅਤੇ ਜਿੱਦਾਂ ਵੀ ਕਿੱਦਾਂ ਕੰਮ ਕਰੀਦਾ, ਕਸਟਮਰ ਕਿੱਦਾਂ ਡੀਲ ਕਰੀਦੇ ਆ, ਅਤੇ ਬਹੁਤ ਕੁਛ ਦੱਸਿਆ ਇਹਨੇ ਮੈਨੂੰ। ਰੈਸਟੋਰੈਂਟ ਬਾਰੇ ਦੱਸਿਆ, ਜ਼ਿੰਦਗੀ ਬਾਰੇ, ਲਾਈਫ ਬਾਰੇ, ਬਹੁਤ ਕੁਛ ਸਿਖਾਇਆ ਮੈਨੂੰ ਇਹਨੇ। ਅਤੇ ਬਾਕੀ ਇਹ ਵਧੀਆ ਸੀ, ਹਮੇਸ਼ਾ ਮੋਟੀਵੇਟ ਹੀ ਕਰਦਾ ਸੀ ਬੰਦੇ ਨੂੰ, ਅਤੇ ਖਾਸ ਕਰਕੇ ਮੇਰਾ ਵਧੀਆ ਫਰੈਂਡ ਸੀਗਾ। ਅਤੇ ਉਮੀਦ ਆ ਇਹ ਵੀ ਮੈਨੂੰ ਯਾਦ ਹੀ ਕਰੂਗਾ, ਅਤੇ ਮੈਂ ਤਾਂ ਇਹਨੂੰ ਯਾਦ ਰੱਖੂੰਗੀ ਰੱਖੂੰਗਾ, ਕਿਉਂਕਿ ਇਹਦੀਆਂ ਕੁਛ ਕੁ ਯਾਦਾਂ ਨੇ ਜਿਹੜੀਆਂ ਕਿ ਮੈਂ ਕਦੇ ਭੁੱਲਦਾ ਨਹੀਂ, ਅਤੇ ਹਮੇਸ਼ਾ ਯਾਦ ਹੀ ਰੱਖੂੰਗਾ। ਇਹ ਸੀ ਮੇਰੇ ਫਰੈਂਡਸ ਪਾਰਸ ਅਤੇ ਇੰਦਰ। ਮੈਂ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਕਦੇ ਵੀ ਨਹੀਂ ਭੁੱਲਦਾ, ਕਿਉਂਕਿ ਜਦੋਂ ਇਹ ਮੇਰੀ ਲਾਈਫ ਦੇ ਵਿੱਚ ਆਏ ਉੱਥੇ ਸਿੰਗਾਪੁਰ, ਤਾਂ ਲਾਈਫ ਚੇਂਜ ਹੀ ਹੋ ਗਈ ਸੀਗੀ। ਇਹ ਬਹੁਤ ਜ਼ਿਆਦਾ ਚੰਗੇ ਨੇ ਦੋਵੇਂ, ਅਤੇ ਅਸੀਂ ਲੜੇ ਵੀ, ਖੁਸ਼ ਵੀ ਰਹੇ, ਸਭ ਕੁਝ ਕੀਤਾ, ਬਟ ਜਿਹੜਾ ਟਾਈਮ ਮੈਂ ਇਹਨਾਂ ਨਾਲ ਸਪੈਂਡ ਕੀਤਾ ਨਾ, ਉਹ ਮੈਂ ਸੱਚੀ ਦਿਲੋਂ ਕਹਿਣਾ ਵੀ ਕਦੇ ਨਹੀਂ ਭੁੱਲਦਾ। ਬਹੁਤ ਹੀ ਜ਼ਿਆਦਾ ਵਧੀਆ ਸੀ, ਦੋਵੇਂ ਸੁਭਾਅ ਦੇ ਵਧੀਆ ਸੀ, ਅਸੀਂ ਘੁੰਮਣ ਫਿਰਨ ਜਾਂਦੇ, ਸਾਡੇ 'ਚ ਮਤਲਬ ਭਰਾਵਾਂ ਵਾਲਾ ਭਰਾਵਾਂ ਤੋਂ ਵੀ ਵੱਧ ਕੇ ਸੀ। ਸਾਨੂੰ ਜੇ ਪੈਸੇ ਹੀ ਲੋੜ ਹੁੰਦੀ, ਇਹ ਕੋਈ ਚੱਕਰ ਨਹੀਂ ਸੀ ਵੀ ATM ਉਹਦਾ ਕਿ ਮੇਰਾ, ਅਸੀਂ ਲੈ ਜਾਂਦੇ ਸੀਗੇ, ਬਾਅਦ 'ਚ ਅਸੀਂ ਸਾਫ਼ ਸੁਫ ਕਰ ਲੈਂਦੇ ਸੀਗੇ। ਅਤੇ ਬਾਕੀ ਰਹੀ ਗੱਲ ਇੱਕ ਦੂਜੇ ਨੂੰ ਸਮਝਣ ਦੀ, ਉਹ ਅਸੀਂ ਸਾਰੇ ਇੱਕ ਦੂਜੇ ਨੂੰ ਵਧੀਆ ਸਮਝਦੇ ਸੀ, ਹੈਲਪ ਕਰਦੇ ਸੀਗੇ, ਜੋ ਕਈ ਵਾਰ ਪ੍ਰੋਬਲਮ ਹੁੰਦੀ ਬੈਠ ਕੇ ਗੱਲਬਾਤ ਕਰਦੇ ਅਤੇ ਉਹਨੂੰ ਸੁਲਝਾਉਂਦੇ। ਅਤੇ ਹਮੇਸ਼ਾ ਜਿੱਦਾਂ ਕੋਈ ਇੰਟਰਵਿਊ ਹੁੰਦੀ, ਇੱਕ ਦੂਜੇ ਦੀ ਹੈਲਪ ਕਰਦੇ, ਸਟੱਡੀ 'ਚ ਹੈਲਪ ਕਰਦੇ, ਅਤੇ ਸਾਰੇ ਵਧੀਆ ਸੀ, ਹਸਮੁੱਖ ਸੀਗੇ, ਅਤੇ ਵਧੀਆ ਟਾਈਮ ਸਪੈਂਡ ਹੋਇਆ ਇਹਨਾਂ ਨਾਲ। ਅਤੇ ਉਮੀਦ ਕਰਦਾ ਫਿਊਚਰ ਦੇ ਵਿੱਚ ਵੀ ਇਹ ਮੇਰੇ ਰੂਮਮੇਟਸ ਰਹਿਣ, ਅਤੇ ਮੈਂ ਵਧੀਆ ਟਾਈਮ ਸਪੈਂਡ ਕਰਾਂ ਇਹਨਾਂ ਨਾਲ। ਅਤੇ ਬਾਕੀ ਰੱਬ ਮੁਰੇ ਅਰਦਾਸ ਕਰਦਾ, ਜਿੱਥੇ ਵੀ ਹੋਣ ਖੁਸ਼ ਰਹਿਣ, ਰੱਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸੋ ਇਹ ਸੀ ਮੇਰੀ ਨਿੱਕੀ ਵੀਡੀਓ, ਜਿਹਦੇ ਨਾਲ ਮੈਂ ਤੁਹਾਨੂੰ ਆਪਣੇ ਥੋੜ੍ਹੇ ਜਿਹੇ ਫਰੈਂਡਸ ਬਾਰੇ ਦੱਸਿਆ। ਉਮੀਦ ਆ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ, ਅਤੇ ਪਸੰਦ ਕਰਨ ਤੋਂ ਬਾਅਦ 'ਚੋਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ, ਅਤੇ ਮੇਰਾ ਚੈਨਲ ਸਬਸਕ੍ਰਾਈਬ ਨਾ ਕਰਨਾ ਭੁੱਲਣਾ, ਸਭ TV। ਓਕੇ, ਥੈਂਕ ਯੂ ਵੈਰੀ ਮੱਚ।